ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਸਬਸਕ੍ਰਾਈਬਰ ਵੀਰ ਜਿਹੜੇ ਆਪਣੀ YouTube ਫੈਮਿਲੀ ਹੈ ਉਹਨਾਂ ਵੀਰਾਂ ਦੇ ਕਹਿਣ ਤੇ ਹੀ ਆਪਾਂ ਪੱਗ ਦੀ ਵੀਡੀਓ ਲੈ ਕੇ ਆਉਣੇ ਆ। ਇਦਾਂ ਹੀ ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਵੀਰ ਨੇ ਕਮੈਂਟ ਕੀਤਾ ਸੀ ਕਿ ਵੀਰ ਜੀ ਕਿ ਤੁਸੀਂ 5.5 ਮੀਟਰ ਪੱਗ ਬੰਨ ਕੇ ਵੀਡੀਓ ਪਾਓ, ਤੇ ਵੀਰੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ 5.5 ਮੀਟਰ ਦੀ ਵੀਡੀਓ ਮੈਂ ਪਾ ਦਾਂਗਾ, ਲੇਕਿਨ 5.5 ਮੀਟਰ ਮੇਰੇ ਪੱਗ ਬਣੀ ਨਹੀਂ ਜਾਂਦੀ, ਇਸੇ ਕਰਕੇ ਮੈਂ 6.5 ਮੀਟਰ ਪੱਗ ਜੋ ਕਿ ਮੇਰੀ 5 ਲੜੀ ਹੁੰਦੀ ਹੈ, ਤੁਹਾਡੀ ਸ਼ਾਇਦ 5 ਲੜੀ ਪੱਗ ਹੋਵੇ 5.5 ਮੀਟਰ, ਲੇਕਿਨ ਮੇਰੀ 6.5 ਮੀਟਰ ਪੱਗ ਜਿਹੜੀ ਆ ਉਹ 5 ਲੜੀ ਹੁੰਦੀ ਹੈ, ਇਸੇ ਕਰਕੇ ਮੈਂ 6.5 ਮੀਟਰ ਪੱਗ ਦੀ ਵੀਡੀਓ ਪਾ ਰਿਹਾ। ਉਹ ਤੁਹਾਡੇ ਵਾਸਤੇ 5.5 ਮੀਟਰ ਪੱਗ ਹੀ ਹੈ। 5.5 ਮੀਟਰ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ 5 ਲੜ ਪੂਰੇ ਆ ਜਾਣਗੇ, ਮੇਰੇ 5 ਲੜ ਜਿਹੜੇ ਨੇ ਉਹ 6.5 ਮੀਟਰ ਨਾਲ ਆਉਂਦੇ ਨੇ। ਹਰੇਕ ਦਾ ਸਿਰ ਦੇ ਸਾਈਜ਼ ਦਾ ਫਰਕ ਹੁੰਦਾ ਹੈ, ਸਿਰ ਦੇ ਬੇਸ ਦਾ ਫਰਕ ਹੁੰਦਾ ਹੈ। ਜਿੱਦਾਂ ਆਪਾਂ ਸਿਰ ਦਾ ਬੇਸ ਵਧਾ ਘਟਾ ਦਿੰਦੇ ਹਾਂ ਉੱਦਾਂ ਹੀ ਆਪਣਾ ਲੜ ਵਧਣ ਘਟਣ ਲੱਗ ਜਾਂਦਾ ਹੈ। ਠੀਕ ਹੈ, ਇਹ ਉਸ ਵੀਰ ਕਰਕੇ ਆ ਵੀਡੀਓ ਜਿਹੜੇ ਵੀਰ ਨੇ ਆਪਾਂ ਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕੀਤਾ ਕਿ 5.5 ਮੀਟਰ, ਤੇ ਉਹ ਵੀਰ ਵੀ ਇਹ ਚੀਜ਼ ਨੂੰ ਨੋਟ ਕਰ ਲੈਣ ਜਿਹੜੇ 5.5 ਮੀਟਰ ਪੱਗ ਬੰਨਦੇ ਨੇ ਉਹ ਵੀ ਇਸ ਵੀਡੀਓ ਨੂੰ ਦੇਖਣ, ਤੇ ਜਿਹੜੇ 7.5 ਮੀਟਰ ਪੱਗ ਬੰਨਦੇ ਨੇ ਉਹ ਵੀ ਇਸ ਵੀਡੀਓ ਨੂੰ ਦੇਖਣ, 6.5 ਮੀਟਰ ਵਾਲੇ ਵੀ ਦੇਖਣ। ਕਿਉਂ? ਕਿਉਂਕਿ ਇਸ ਪੱਗ ਦੇ ਵਿੱਚ ਆਪਾਂ ਸਾਰੀ ਡਿਟੇਲ ਦੱਸੀ ਹੈ। ਤੇ ਠੀਕ ਹੈ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਮੈਂ ਹਾਂ ਤੁਹਾਡਾ ਆਪਣਾ ਅਜੇ ਸਿੰਘ, ਤੇ ਤੁਸੀਂ ਦੇਖ ਰਹੇ ਹੋ ਸਰਸਾ ਕਿੰਗ ਪਗੜੀ ਚੈਨਲ, ਤੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਮਿਲਦਾ ਹੈ। ਇਦਾਂ ਹੀ ਪਿਆਰ ਬਣਾਈ ਰੱਖੋ, ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ। ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ, ਵੀਡੀਓ ਨੂੰ ਪੂਰਾ ਦੇਖੋਗੇ ਤਾਂ ਹੀ ਕੁਝ ਸਿੱਖ ਪਾਓਗੇ, ਕੁਝ ਸਮਝ ਪਾਓਗੇ। ਠੀਕ ਹੈ ਵੀਰੇ, ਆਓ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ, ਤੇ ਵੀਡੀਓ ਦੇ ਵਿਚਕਾਰ ਆਪਾਂ ਸਾਰੀਆਂ ਗੱਲਾਂ ਸ਼ੇਅਰ ਕਰਾਂਗੇ। ਫਿਰ ਵੀ ਕਿਸੇ ਵੀਰ ਨੂੰ ਪੱਗ ਬੰਨਦੇ ਟਾਈਮ, ਪਰਨਾ ਬੰਨਦੇ ਟਾਈਮ ਕੋਈ ਵੀ ਪ੍ਰੋਬਲਮ ਆਵੇ, ਉਹ ਆਪਾਂ ਨੂੰ ਕਮੈਂਟ ਬਾਕਸ 'ਚ ਕਮੈਂਟ ਕਰੇ, ਉਹਦੇ ਵਾਸਤੇ ਸਪੈਸ਼ਲ ਵੀਡੀਓ ਆਏਗੀ, ਸਪੈਸ਼ਲ ਵੀਡੀਓ ਆਏਗੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੰਦ ਵਾਲਾ ਪਾਸਾ ਜਿਹੜਾ ਉੱਪਰ ਵਾਲੇ ਪਾਸੇ ਰੱਖਣਾ ਤੇ ਖੁੱਲੇ ਵਾਲਾ ਪਾਸਾ ਥੱਲੇ ਨੂੰ, ਉਦਾਂ ਹੀ ਆਪਾਂ ਬੰਦ ਵਾਲਾ ਪਾਸਾ ਦੇਖੋ ਇੱਦਾਂ ਸਿਰ ਦੇ ਵਿੱਚ ਆਲੇ ਲੈ ਜਾਣਾ ਤੇ ਮੂੰਹ ਦੇ ਵਿੱਚ ਲੜ ਰੱਖ ਲੈਣਾ ਹੈ ਉਹਨਾਂ ਕੋ ਜਿੰਨਾ ਕੋ ਲਾਸਟ ਵਾਲਾ ਲੜ ਆਪਣਾ ਸਹੀ ਆ ਜਾਵੇ। ਲਓ ਜੀ, ਲੜ ਨੂੰ ਰੱਖ ਲਿਆ। ਲੜ ਨੂੰ ਰੱਖਣ ਤੋਂ ਬਾਅਦ ਇਹਦੀ ਪੱਗ ਦੀ ਲੈਂਥ ਹੈ 6.5 ਮੀਟਰ। ਖੁੱਲੇ ਵਾਲਾ ਪਾਸਾ ਦੇਖ ਰਹੇ ਹੋ, ਇੱਦਾਂ ਹੱਥ ਨੂੰ ਫਗੜ ਲੈਣਾ, ਇੱਦਾਂ ਕਰਕੇ ਉੱਪਰ ਲੈ ਜਾਣਾ, ਇੱਦਾਂ ਵੱਟ ਬਣਾ ਲੈਣੇ ਥੋੜ੍ਹੇ ਥੋੜ੍ਹੇ। ਲਓ ਜੀ, ਵੱਟ ਬੰਨਣ ਤੋਂ ਬਾਅਦ ਕੀ ਕਰਨਾ ਹੈ, ਇਸ ਲੜ ਨੂੰ ਲਗਾਉਣਾ। ਇਸ ਲੜ ਨੂੰ ਲਗਾਉਣ ਦੀ ਸ਼ੇਪ ਦੇਖੋ, ਇਸ ਨੱਕ ਤੋਂ ਥੋੜ੍ਹਾ ਜਿਹਾ ਇੱਧਰ, ਫਿਰ ਆਪਣਾ ਲੜ ਜਿਹੜਾ ਉਹ ਤਿਲਕੇਗਾ ਨਹੀਂ। ਲਓ ਜੀ, ਅੱਧੀ ਅੱਖ ਅੱਧੀ ਗੱਲ ਅੱਧਾ ਕੰਨ ਢੱਕ ਲੈਣਾ। ਜਿਹੜੇ ਵੀਰ ਆਪਣੀ ਪੱਗ ਦੀ ਪੂਣੀ ਦੀ ਵੀਡੀਓ ਦੇਖਣਾ ਚਾਹੁੰਦੇ ਨੇ ਉਹ ਪੱਗ ਦੀ ਪੂਣੀ ਆਪਣੇ ਚੈਨਲ ਤੇ ਜਾ ਕੇ ਵੀ ਦੇਖ ਸਕਦੇ ਨੇ, ਤੇ ਥੱਲੇ ਮੈਂ ਲਿੰਕ ਵੀ ਪਾ ਦਾਂਗਾ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਾਂਗਾ, ਉਹਦੇ ਵਿੱਚ ਜਾ ਕੇ ਵੀ ਤੁਸੀਂ ਲਿੰਕ ਤੋਂ ਓਪਨ ਕਰਕੇ ਵੀਡੀਓ ਦੇਖ ਸਕਦੇ ਹੋ। ਤੇ ਪੱਗ ਦੀ ਬੇਸ ਦੀ ਵੀਡੀਓ ਵੀ ਇੱਕ ਆਪਾਂ ਨਵੇਂ ਤਰੀਕੇ ਦੀ ਪੱਗ ਦੀ ਬੇਸ ਦੀ ਵੀਡੀਓ ਵੀ ਲੈ ਕੇ ਆ ਰਹੇ ਹਾਂ, ਤੇ ਉਹ ਵਾਲੀ ਵੀਡੀਓ ਵੀ ਦੇਖ ਕੇ ਤੁਸੀਂ ਬਹੁਤ ਸੌਖੇ ਤਰੀਕੇ ਦਾ ਪੱਗ ਦਾ ਬੇਸ ਬਣ ਸਕਦੇ ਹੋ। ਵੈਸੇ ਆਪਾਂ ਜਿਹੜਾ ਇਹ ਵਾਲਾ ਬੇਸ ਬੰਨਿਆ ਇਹਦੀ ਵੀ ਵੀਡੀਓ ਆਪਣੇ ਚੈਨਲ ਤੇ ਪਾ ਰੱਖੀ ਹੈ, ਤੇ ਇਹਦਾ ਵੀ ਆਪਾਂ ਲਿੰਕ ਨੀਚੇ ਪਾ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ। ਤੇ ਦੇਖੋ ਉੱਪਰ ਉਸ ਲੜ ਦੇ ਨਾਲ ਨਾਲ ਹੀ ਲੜ ਨੂੰ ਲਿਆਂਦਾ, ਲਿਆਂਦੇ ਹੋਏ ਦੇਖੋ ਇੱਦਾਂ ਵੱਟ ਬਣ ਚੁੱਕੇ ਨੇ ਆਪਣੇ ਦੋਨੇ ਪੱਲਿਆਂ ਨੂੰ। ਇਹਨੂੰ ਆਪਾਂ ਹਾਫ ਐਂਡ ਹਾਫ ਦੇ ਵਿੱਚ ਕਰ ਰਹੇ ਹਾਂ ਕਿ ਅੱਧਾ ਪੱਲਾ ਥੱਲੇ ਵਾਲਾ ਯੂਜ ਕਰ ਰਹੇ ਹਾਂ, ਅੱਧਾ ਪੱਲਾ ਉੱਤੇ ਵਾਲਾ ਯੂਜ ਕਰ ਰਹੇ ਹਾਂ ਵੱਟਾਂ ਦੇ ਵਿੱਚ। ਇੱਦਾਂ ਕਰਕੇ ਤੁਸੀਂ ਸਿੰਪਲੀ ਵੱਟ ਬਣਾ ਲਿਆ ਕਰੋ, ਕਿਉਂਕਿ ਬਹੁਤ ਸਾਰੇ ਵੀਰਾਂ ਦੀ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਉਹ ਇੱਦਾਂ ਕਰਕੇ ਵੱਟ ਚੱਕ ਚੱਕ ਕੇ ਬਣਾਉਂਦੇ ਨੇ। ਆਪਾਂ ਕੀ ਕਰਦੇ ਹਾਂ, ਇੱਦਾਂ ਸਿੰਪਲ ਵੱਟ ਬਣਾ ਲਓ। ਜਿਹੜੇ ਵੀਰਾਂ ਦਾ ਹੱਥ ਬਿਲਕੁਲ ਨਵਾਂ ਹੈ, ਇੱਦਾਂ ਕਰਕੇ ਇਹਨੂੰ ਉੱਪਰ ਕਰ ਲਓ, ਉੱਪਰ ਲਿਜਾ ਕੇ ਇਸ ਵਾਲੀ ਨੁੱਕਰ 'ਤੇ ਲੜ ਨੂੰ ਰੱਖ ਦੇਣਾ। ਦੇਖੋ ਆਪਾਂ ਕੁਛ ਵੀ ਨਹੀਂ ਕੀਤਾ, ਇੱਦਾਂ ਸਿੰਪਲ ਲੜ ਰੱਖਦਾ, ਉੱਪਰ ਵਾਲੀ ਸਾਈਡ ਤੋਂ ਪਿੰਚ ਕਰ ਦੇਣਾ ਬਸ। ਇਹ ਆਪਣਾ ਲੜ ਰੱਖਿਆ ਗਿਆ, ਇੱਥੋਂ ਹੁਣ ਆਪਾਂ ਵੱਟਾਂ ਦੀ ਥੋੜ੍ਹੀ ਥੋੜ੍ਹੀ ਸੈਟਿੰਗ ਕਰ ਦਾਂਗੇ, ਲਾਸਟ ਤੱਕ ਵਟਨ ਦੀ ਸੈਟਿੰਗ ਕਰ ਦੇਣੀ ਹੈ। ਕੋਈ ਵੀ ਲੜ ਆਪਾਂ ਨੂੰ ਢਿੱਲਾ ਵਾਸਾ ਲੱਗਦਾ ਤਾਂ ਉਹਨੂੰ ਆਪਾਂ ਸੈੱਟ ਕਰ ਦੇਣਾ। ਲਓ ਜੀ, ਦੇਖੋ ਇਸ ਵਾਲੀ ਜਗ੍ਹਾ ਤੋਂ ਲੜ ਸਾਰੇ ਆਪਾਂ ਇਕੱਠੇ ਕਰਤੇ ਸੀ, ਅਤੇ ਇਸ ਵਾਲੀ ਜਗ੍ਹਾ ਤੋਂ ਲੜ ਆਪਾਂ ਖੋਲ ਦਿੱਤੇ ਨੇ, ਜਿਹਦੇ ਵਿੱਚ ਆਪਾਂ ਨੂੰ ਲੱਗਣਗੇ ਕਿ ਵੱਟ ਬਹੁਤ ਜ਼ਿਆਦਾ ਬਣੇ ਹੋਏ ਨੇ।
लो जी देखो ये अपना दूसरा लड़ लग चुका है, ऊपर वाली साइड तो पिंच कर देना क्योंकि अपना लड़ ऊपर वाली साइड तो पिछे नू ना जावे। तो देखो किन्ने प्यार ते किन्ने वधिया तरीके नाल अपना दूजा लड़ भी लग चुका है। तो ये उस वीर नू मैं कहना चाहूंगा वीरे जिन्ने भी वीर अपन कमेंट करते ने, जिन्ने भी वीर कमेंट करके अपन आपके शहर का नाम जरूर दस्या करो, क्योंकि कई बार होंगे कि उस वीर दे शहर दे विचो आपां शहर च जाइए जां शहर दे विचो लंघीए तो उस वीर नू आपां जरूर मिल के जावांगे। जिहड़े जिहड़े वीर आपां नू प्यार करते ने, बहुत सारे वीर हुण इदां कि मैनू फोन ते भी फोन करके पुछ लैंदे ने कि वीरे तुसीं कदों आ रहे हो जां कित्थे आ रहे हो, जां वो आपां नू स्पैशल मिलण भी आउंदे ने कई वीर। तो इदां ही प्यार बनाई रखो क्योंकि बहुत सारे जिहड़े यूट्यूब वीर यूट्यूबर वीर ने वो भी आपां नू बहुत हुण सपोर्ट कर रहे ने। तो इदां ही जिन्नी अपनी यूट्यूब फैमिली है सारी बहुत वधिया, क्योंकि सारे जने कोई भी अपना हुण इदां दा वीर नहीं है जिहड़ा कि आपां नू कोई गलत कमेंट करे जां कुछ गलत कवे, जां क्योंकि हुण सारे वीर बहुत ही प्यार सत्कार दे रहे ने, पग नू प्यार सत्कार दे रहे ने ते नाल नाल सपोर्ट भी बहुत कर रहे ने। देखो हुण आपां किद्दां लड़न नू लगाया सी, उपर वाली साइड तो पिंच करता है ते लो आपां लड़न नू थले थले खिंच के देखो एक साइड रखिया सी लड़, इत्थों आपां लड़न नू खोल लैणा, इत्थे अपने वट ज़्यादा बन चुके ने ते इस लड़ नू बहुत वधिया तरीके नाल खोल के चंगी तरीके नाल ला लैणा। तो मैं सारे वीरां नू बेनती करांगा जिन्ने भी वीर कमेंट करते ने अपने शहर का नाम जरूर दस्या करो कि वीरे मैं इत्थों हाँ, क्योंकि बहुत सारे वीर इदां दे ने कि जिहड़े अपने नज़दीकी शहर दे ने आपां उत्थे जाने आने भी हाँ लेकिन मिल नहीं पाते, आपां उस वीरां नाल भी जरूर मिलांगे। तो पग नू प्यार करन वाले इस वीडियो नू लाइक जरूर करन, क्योंकि वीडियो तुसी लाइक कर दिओ तो सानू पता लगता है कि तुहाडा प्यार साडे नाल किन्ना है। लो जी इस तो अगला लड़ हुण तुसी देख रहे हो उस तो थले, थले कर लिया। थले करन तो बाद देखो आपां उपर वाली साइड तो लड़दा मटीरियल जिहड़ा चंगी तरह सैट करना पहलां इदां करके, आ देखो इस जगह ते उपर अपना जिहड़ा मटीरियल सारा इकट्ठा होया है इहनूं आपां पहलां सैट करांगे इदां, तुसी पूरी पुनी नहीं खोलनी इदां करके मटीरियल नूं विचे विचे सैट कर लेना। विचे विचे सैट करन तो बाद आपां की करना है इस वाले लड़ नूं थले ते इस वाले लड़ नूं उपर। हुण फिर देखो तुसी आपां उस लड़ दे नाल नाल ही इस लड़ नूं लिआंदा है, थोड़ा जिहा फर्क पाइए ना एक एक इंच दा फर्क पाते हुए, लो जी देखो हुण मटीरियल सारा सैट हो चुका बैक साइड तक, जिथे तुहानू लगे उत्थे उंगल मार के चंगी तरह मटीरियल नूं पहला सैट करना फिर अगे वधना। मेन की हुंदी है वीरे हत्थां दी मूवमेंट हुंदी है, हत्थां दी मूवमेंट नूं ध्यान दे विच रख्या करो, हत्थां दी मूवमेंट अगर तुहाडी बिलकुल सही है तां पग तुहाडी बहुत वधिया बनीचेगी। देखो हुण आपां हत्थ नूं कित्थे कर रख्या, इदां ही हत्थ नूं उपर करके ਇੱਦਾਂ ਕਰਕੇ ਪਿੰਚ ਕਰਕੇ ਇਸ ਨੂੰ ਅੰਦਰ ਥੋੜ੍ਹਾ ਜਿਹਾ ਫੋਲਡ ਕਰਨਾ ਹੈ, ਅੰਦਰ ਅੰਦਰ ਫੋਲਡ ਕਰਨ ਤੋਂ ਬਾਅਦ ਇਸ ਵਾਲੇ ਲੜ ਨੂੰ ਥੋੜ੍ਹਾ ਥੋੜ੍ਹਾ ਥੱਲੇ ਲਓ ਜੀ ਇੱਦਾਂ ਵੱਟ ਬਣਾ ਲੈਣੇ ਚੰਗੀ ਤਰ੍ਹਾਂ। ਇੱਦਾਂ ਵੱਟ ਬਣਾਉਣ ਤੋਂ ਬਾਅਦ ਫਿਰ ਆਪਾਂ ਇਸ ਲੜ ਨੂੰ ਲਗਾਵਾਂਗੇ, ਇਸ ਤੋਂ ਬਾਅਦ ਆਪਾਂ ਕੀ ਕਰਨਾ ਕਿ ਪੱਗ ਦਾ ਜਿਹੜਾ ਵੀ ਲਾੜ ਆਪਾਂ ਨੂੰ ਢਿੱਲਾ ਮਿੱਸਾ ਲੱਗਦਾ ਉਹਨੂੰ ਆਪਾਂ ਬਾਜ ਦੀ ਮਦਦ ਨਾਲ ਜਾਂ ਖੰਦੂਈ ਜਾਂ ਸੂਈ ਦੀ ਮਦਦ ਨਾਲ ਆਪਾਂ ਨੂੰ ਸੈੱਟ ਕਰ ਲਾਂਗੇ। ਬਾਜ ਦੀ ਮਦਦ ਨਾਲ ਆਪਾਂ ਨੁੱਕਰ ਜਿਹੜੀ ਹੈ ਫਰੰਟ ਵਾਲੀ ਨੁੱਕਰ 'ਤੇ ਜਿੱਥੇ ਆਪਣਾ ਲਾੜ ਢਿੱਲਾ ਲੱਗਦਾ
ਉਹਨੂੰ ਆਪਾਂ ਸੈੱਟ ਕਰ ਲਾਂਗੇ ਇੱਦਾਂ ਬਸ। ਅਤੇ ਜਿਹੜੇ ਜਿਹੜੇ ਆਪਾਂ ਨੂੰ ਵੱਟ ਲੱਗਦੇ ਨੇ ਇੱਦਾਂ ਢਿੱਲੇ ਮੱਸੇ ਨੇ, ਉਹਨਾਂ ਨੂੰ ਆਪਾਂ ਬਾਜ ਦੀ ਮਦਦ ਨਾਲ ਬੈਕ ਸਾਈਡ ਤੱਕ ਚੰਗੀ ਤਰ੍ਹਾਂ ਸੈੱਟ ਕਰ ਦਾਂਗੇ, ਕੋਈ ਵੀ ਲਾੜਾ ਆਪਣਾ ਜਿਹੜਾ ਢਿੱਲਾ ਜਾਂ ਨਾ ਲੱਗੇ। ਲਓ ਜੀ ਇਹ ਦੇਖੋ ਬਿਲਕੁਲ ਸੈੱਟ ਹੋ ਚੁੱਕਿਆ ਹੈ। ਇਸ ਤੋਂ ਬਾਅਦ ਆਪਾਂ ਲਗਾਵਾਂਗੇ ਅਗਲਾ ਲਾੜਾ। ਹੁਣ ਜਿਹੜਾ ਇਹ ਵਾਲਾ ਲਾੜਾ ਸੈਕਿੰਡ ਲਾਸਟ ਲਾੜਾ ਜਿਹੜਾ, ਇਹਨੂੰ ਆਪਾਂ ਬਹੁਤ ਧਿਆਨ ਦੇ ਵਿੱਚ ਰੱਖਣਾ ਹੈ ਕਿ ਇਹ ਵਾਲੇ ਲੜ ਨੂੰ ਆਪਾਂ ਉੱਦਾਂ ਖੁੱਲ੍ਹਾ ਲੜ ਨਹੀਂ ਲਗਾਉਣਾ, ਕਿਉਂਕਿ ਬੜੇ ਆਪਾਂ ਜਿਹੜੇ ਅੰਦਰ ਵਾਲਾ ਪਾਸਾ ਬਾਹਰ ਨੂੰ ਕੱਢ ਰਹੇ ਸੀ ਅਤੇ ਬਾਹਰ ਵਾਲਾ ਪਾਸਾ ਉੱਪਰ ਜਾ ਕੇ ਆਪਾਂ ਵੱਟ ਪਾ ਰਹੇ ਸੀ। ਇਹਦੇ ਵਿੱਚ ਕੀ ਧਿਆਨ ਰੱਖਣਾ ਕਿ ਇਸ ਵਾਲੇ ਲੜ ਨੂੰ ਇੱਦਾਂ ਮਟੀਰੀਅਲ ਨੂੰ ਸੈੱਟ ਕਰਕੇ ਚੰਗੀ ਤਰ੍ਹਾਂ, ਅਤੇ ਇਸ ਵਾਲੇ ਲੜ ਨੂੰ ਆਪਾਂ ਬਿਲਕੁਲ ਸਾਫ਼ ਸੁਥਰਾ ਕਰਕੇ ਲਗਾਵਾਂਗੇ। ਮਟੀਰੀਅਲ ਨੂੰ ਚੰਗੀ ਤਰ੍ਹਾਂ ਸੈੱਟ ਹੋ ਚੁੱਕਿਆ ਆਪਣਾ। ਸੈੱਟ ਹੋਣ ਤੋਂ ਬਾਅਦ ਤੁਸੀਂ ਦੇਖੋ ਇਸ ਵਾਲੀ ਜਗ੍ਹਾ ਤੋਂ ਆਪਾਂ ਲਾੜਾ ਆਪਣਾ ਜ਼ਿਆਦਾ ਥੱਲੇ ਨੂੰ ਆ ਰਿਹਾ, ਅਤੇ ਥੋੜ੍ਹਾ ਜਿਹਾ ਆਪਾਂ ਅੰਦਰ ਨੂੰ ਫੋਲਡ ਕਰਕੇ ਉੱਪਰ ਵਾਲੀ ਸਾਈਡ ਤੋਂ ਤੱਕ ਚੰਗੀ ਤਰ੍ਹਾਂ ਮਟੀਰੀਅਲ ਨੂੰ ਇੱਦਾਂ ਉਂਗਲ ਦੀ ਮਦਦ ਨਾਲ ਸੈੱਟ ਕਰਕੇ, ਕਿਤੇ ਵੀ ਆਪਾਂ ਨੂੰ ਲੱਗੇ ਜਿਵੇਂ ਇਹ ਵਾਲਾ ਡੈਂਟ ਪੈ ਰਿਹਾ, ਇਹਨੂੰ ਆਪਾਂ ਪਹਿਲਾਂ ਸੈੱਟ ਕਰਾਂਗੇ। ਸੈੱਟ ਕਰਨ ਦੀ ਜਗ੍ਹਾ ਇੱਦਾਂ ਹੈ ਕਿ ਜਿੱਥੇ ਜਿੱਥੇ ਆਪਣਾ ਮਟੀਰੀਅਲ ਆਪਾਂ ਨੂੰ ਘੱਟ ਲੱਗਦਾ, ਜਿੱਦਾਂ ਇਹ ਵਾਲੀ ਜਗ੍ਹਾ ਤੋਂ ਮਟੀਰੀਅਲ ਆਪਾਂ ਨੂੰ ਘੱਟ ਲੱਗਦਾ, ਇਸ ਮਟੀਰੀਅਲ ਨੂੰ ਚੰਗੀ ਤਰ੍ਹਾਂ ਉੱਪਰ ਤੱਕ ਸੈੱਟ ਕਰੋ। ਸੈੱਟ ਕਰਨ ਤੋਂ ਬਾਅਦ ਫਿਰ ਲੜ ਨੂੰ ਲਗਾਓ। ਲਓ ਜੀ ਦੇਖੋ ਸਾਰਾ ਮਟੀਰੀਅਲ ਸੈੱਟ ਹੋ ਚੁੱਕਿਆ ਹੈ। ਬੈਕ ਸਾਈਡ ਤੱਕ ਦੇਖੋ ਲੜ ਬਿਲਕੁਲ ਸਾਫ਼ ਸੁਥਰਾ। ਅਤੇ ਇਹ ਹੀ ਹੁੰਦਾ ਡੈਂਟ ਕੱਢਣ ਦਾ ਤਰੀਕਾ, ਕਿਉਂਕਿ ਡੈਂਟ ਜਿਹੜਾ ਜਿਹੜੇ ਜਿਹੜੇ ਵੀਰਾਂ ਦੇ ਡੈਂਟ ਦੀ ਪ੍ਰੋਬਲਮ ਆਉਂਦੀ ਹੈ ਉਹ ਇੱਦਾਂ ਕਰਕੇ ਡੈਂਟ ਕੱਢ ਸਕਦੇ ਨੇ। ਅਗਰ ਤੁਹਾਡਾ ਮਟੀਰੀਅਲ ਸਹੀ ਤਰੀਕੇ ਨਾਲ ਰੱਖਿਆ ਹੋਏਗਾ ਹਰੇਕ ਲੜ ਦੇ ਵਿੱਚ, ਤਾਂ ਤੁਹਾਡੀ ਪੱਗ ਦੇ ਵਿੱਚ ਡੈਂਟ ਨਹੀਂ ਪਏਗਾ। ਇਸ ਵਾਲੇ ਲੜ ਨੂੰ ਆਪਾਂ ਇੱਦਾਂ ਕਰਕੇ ਸਿੱਧਾ ਲੜ ਵੀ ਲਗਾ ਸਕਦੇ ਹਾਂ ਜਿੱਦਾਂ ਇੱਦਾਂ, ਅਤੇ ਅਗਰ ਵੱਟ ਬਣਾ ਕੇ ਲਗਾਉਣਾ ਚਾਹੁੰਦੇ ਹੋ ਤਾਂ ਵੱਟ ਬਣਾ ਕੇ ਵੀ ਲਗਾ ਸਕਦੇ ਹਾਂ, ਲੇਕਿਨ ਆਪਾਂ ਥੋੜ੍ਹਾ ਸਿੱਧਾ ਲੜ ਲਗਾਉਣਾ, ਕਿਉਂਕਿ ਲਾਸਟ ਵਾਲਾ ਲੜ ਜਿਹੜਾ ਨਾ ਉਹ ਸਿੱਧਾ ਜ਼ਿਆਦਾ ਬੈਟਰ ਲੱਗਦਾ ਹੈ। ਉੱਪਰ ਤੱਕ ਚੰਗੀ ਤਰ੍ਹਾਂ ਸੈੱਟ ਕਰ ਲੈਣਾ। ਸੈੱਟ ਕਰਨ ਤੋਂ ਬਾਅਦ ਇਸ ਵਾਲੀ ਜਗ੍ਹਾ 'ਤੇ ਇੱਦਾਂ, ਅਤੇ ਉੱਪਰ ਵਾਲੀ ਸਾਈਡ ਤੋਂ ਥੋੜ੍ਹਾ ਥੋੜ੍ਹਾ ਫੋਲਡ ਕਰ ਦੇਣਾ। ਦੇਖੋ ਕਿੰਨਾ ਵਧੀਆ ਲੜ ਬਣ ਗਿਆ। ਬੈਕ ਸਾਈਡ ਤੱਕ ਇੱਦਾਂ ਸਾਫ਼ ਸੁਥਰਾ ਲੜ ਆਪਾਂ ਲਗਾ ਦੇਣੀ, ਜਿੱਦਾਂ ਆਪਾਂ ਪਟਿਆਲਾ ਸ਼ਹੀ ਪਾ ਕੇ ਚਲੇ ਜਾਂਦੇ ਹਾਂ। ਲਓ ਜੀ ਦੇਖੋ ਕਿੰਨਾ ਵਧੀਆ ਬਣ ਪੱਗ ਦੀ ਸ਼ੇਪ ਬਣ ਚੁੱਕੀ ਹੈ। ਅਤੇ ਇਸ ਵਾਲੇ ਲੜ ਦੇ ਵਿੱਚ ਥੋੜ੍ਹਾ ਜਿਹਾ ਵੱਟ ਹੈ, ਆਪਾਂ ਇਹਨੂੰ ਇੱਦਾਂ ਕਰਕੇ ਸੈੱਟ ਕਰ ਲਾਂਗੇ। ਅਤੇ ਹੁਣ ਆਪਾਂ ਲਗਾਵਾਂਗੇ ਪਿੰਨ। ਹੁਣ ਤੁਸੀਂ ਪਿੰਨ ਲਗਾਉਣ ਦਾ ਤਰੀਕਾ ਦੇਖ ਲਓ। ਇਸ ਵਾਲੀ ਜਗ੍ਹਾ ਤੋਂ ਆਪਾਂ ਪਿੰਨ ਨੂੰ ਇੱਦਾਂ ਟੇਢ ਦੇ ਵਿੱਚ ਲਗਾਵਾਂਗੇ, ਤਾਂ ਜੋ ਆਪਣੇ ਜਦੋਂ ਲੜ ਦੀ ਖਿੱਚ ਪਵੇ ਉਹ ਆਪਣਾ ਲੜ ਜਿਹੜਾ ਸੈੱਟ ਰਵੇ, ਅਤੇ ਕੋਈ ਵੀ ਲੜ ਤੁਹਾਨੂੰ ਨਾਲ ਨਾਲ ਲੱਗੇ, ਕੋਈ ਜਿਹੜਾ ਟੇਢਾ ਮੇਢਾ ਹੈ ਉਹਨੂੰ ਆਪਾਂ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ। ਬੈਕ ਸਾਈਡ ਤੋਂ ਵੀ ਬਾਜ ਮਾਰ ਕੇ ਚੰਗੀ ਤਰ੍ਹਾਂ ਲੜਾਂ ਨੂੰ ਸੈੱਟ ਕਰਾਂਗੇ। ਹੁਣ ਇਸ ਵਾਲੇ ਲੜ ਨੂੰ ਲਗਾਉਣ ਦਾ ਤਰੀਕਾ ਤੁਸੀਂ ਵੇਖੋ। ਹਾਫ ਐਂਡ ਹਾਫ ਦੇ ਵਿੱਚ ਆਪਾਂ ਲੜ ਰੱਖ ਲਿਆ, ਉੱਪਰ ਵਾਲੀ ਸਾਈਡ ਲੜ ਨੂੰ ਫੋਲਡ ਕਰ ਲਿਆ। ਫੋਲਡ ਕਰਨ ਤੋਂ ਬਾਅਦ ਦੇਖੋ ਇਸ ਵਾਲੀ ਜਗ੍ਹਾ ਤੋਂ ਲੜ ਨੂੰ ਆਪਾਂ ਥੱਲੇ ਖਿੱਚ ਲੈਣਾ, ਅਤੇ ਇਸ ਵਾਲੀ ਜਗ੍ਹਾ ਤੋਂ ਆਪਾਂ ਲੜ ਨੂੰ ਉੱਪਰ ਕਰ ਦੇਣਾ। ਉੱਪਰ ਇਸ ਤਰੀਕੇ ਨਾਲ ਕਰਨਾ ਕਿ ਆਪਣੇ ਲੜ ਦੇ ਵਿੱਚ ਪੂਰੀ ਸਫਾਈ ਆ ਜਾਵੇ। ਅਗਰ ਤੁਸੀਂ ਇਹਨੂੰ ਵੱਟਾਂ ਵਾਲਾ ਲੜ ਲਗਾਉਣਾ ਚਾਹੁੰਦੇ ਹੋ ਤਾਂ ਵੱਟਾਂ ਵਾਲਾ ਲੜ ਵੀ ਆਪਾਂ ਲਗਾ ਸਕਦੇ ਹਾਂ, ਲੇਕਿਨ ਆਪਾਂ ਇਹਦੇ ਵਿੱਚ ਕੀ ਕਰਾਂਗੇ ਥੋੜ੍ਹਾ ਸਾਫ਼ ਸੁਥਰਾ ਲੜ ਵਧੀਆ ਕਰਕੇ ਲਗਾਵਾਂਗੇ। ਅਗਰ ਤੁਹਾਨੂੰ ਵੱਟਾਂ ਵਾਲਾ ਲੜ ਚੰਗਾ ਲੱਗਦਾ ਤਾਂ ਤੁਸੀਂ ਵੱਟਾਂ ਵਾਲਾ ਲੜ ਲਗਾ ਸਕਦੇ ਹੋ। ਅਗਰ ਤੁਹਾਨੂੰ ਵੱਟਾਂ ਵਾਲਾ ਲੜ ਲਗਾਉਣਾ ਨਹੀਂ ਆਉਂਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ, ਆਪਾਂ ਉਹਦੇ 'ਤੇ ਵੀ ਵੀਡੀਓ ਪਾ ਦਾਂਗੇ। ਦੇਖੋ ਹੁਣ ਆਪਾਂ ਇੱਦਾਂ ਕਰਕੇ ਹੱਥ ਰੱਖ ਲਿਆ ਅਤੇ ਇੱਦਾਂ ਲੜ ਨੂੰ ਉੱਪਰ ਕਰ ਦੇਣਾ। ਉੱਪਰ ਕਰਨ ਤੋਂ ਬਾਅਦ ਇਸ ਲੜ ਨੂੰ ਇੱਦਾਂ ਗੋਲਾਈ ਦੇ ਵਿੱਚ ਘੁਮਾ ਦੇਣਾ।
ਹੁਣ ਆਪਾਂ ਕੀ ਕਰਾਂਗੇ ਇਸ ਤੋਂ ਉੱਪਰ ਆਪਾਂ ਪਿੰਨਾਂ ਲਗਾ ਦਾਂਗੇ ਤਾਂ ਜੋ ਆਪਣਾ ਲੜ ਜਿਹੜਾ ਇਹ ਢਿੱਲਾ ਨਾ ਹੋਵੇ ਇਹ ਲੜ ਦੇ ਵਿੱਚ ਕਸ ਬਣੀ ਰਹੇ ਲਓ ਜੀ ਦੇਖੋ ਕਿੰਨਾ ਵਧੀਆ ਲੜ ਲੱਗ ਚੁੱਕਿਆ ਹੈ ਇਸ ਤੋਂ ਬਾਅਦ ਕੀ ਕਰਾਂਗੇ ਆਪਾਂ ਹੁਣ ਸਿਰ ਢਕਾਂਗੇ ਸਿਰ ਢਕਣ ਤੋਂ ਪਹਿਲਾਂ ਇਸ ਵਾਲੀ ਜਗ੍ਹਾ ਤੋਂ ਜਿੰਨੇ ਵੀ ਲੜ ਆਪਣੇ ਉੱਪਰ ਥੱਲੇ ਲੱਗਦੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਤੁਸੀਂ ਬਾਜ ਦੀ ਮਦਦ ਨਾਲ ਵੀ ਸੈੱਟ ਕਰ ਸਕਦੇ ਹੋ ਤੁਸੀਂ ਉਂਗਲਾਂ ਦੀ ਮਦਦ ਨਾਲ ਵੀ ਸੈੱਟ ਕਰ ਸਕਦੇ ਹੋ ਇਸ ਵਾਲੇ ਲੜ ਨੂੰ ਇੱਦਾਂ ਉੱਪਰ ਖਿੱਚ ਕੇ ਲੜ ਨੂੰ ਚੰਗੀ ਤਰ੍ਹਾਂ ਖੋਲ ਦੇਣਾ ਬੈਕ ਸਾਈਡ ਤੱਕ ਲੜ ਨੂੰ ਖੋਲ ਕੇ ਉਸ ਤੋਂ ਬਾਅਦ ਕੀ ਕਰਨਾ ਦੋਨੇ ਸਾਈਡਾਂ ਤੋਂ ਲੜਾਂ ਨੂੰ ਆਪਾਂ ਅੰਦਰ ਦਬਾ ਦੇਣਾ ਦੋਨੇ ਸਾਈਡਾਂ ਤੋਂ ਅੰਦਰ ਇਸ ਤਰੀਕੇ ਨਾਲ ਦਬਾਉਣਾ ਕਿ ਆਪਣਾ ਲੜ ਦਾ ਜਿਹੜੇ ਨੁਕਰਾਂ ਨੇ ਉਹ ਬਿਲਕੁਲ ਅੰਦਰ ਤੱਕ ਚਲ ਜਾਣ ਸਿਰ ਦੇ ਉੱਪਰ ਥੋੜ੍ਹੀ ਜਿਹੀ ਸਫਾਈ ਆ ਜਾਵੇ ਕਿ ਆਪਣੇ ਜਿਹੜੇ ਕੇਸ ਨੇ ਜਾਂ ਜੂੜਾ ਉੱਬੜ ਖੱਬੜ ਉੱਤੇ ਨਾ ਲੱਗੇ ਜਿਹੜਾ ਵੀ ਮਟੀਰੀਅਲ ਆਪਣਾ ਥੋੜ੍ਹਾ ਲੱਗਦਾ ਉਹਨੂੰ ਚੰਗੀ ਤਰ੍ਹਾਂ ਅੰਗੂਠੇ ਦੀ ਮਦਦ ਨਾਲ ਸੈੱਟ ਕਰ ਲਓ ਸੈੱਟ ਕਰਨ ਤੋਂ ਬਾਅਦ ਦੋਨੇ ਪੱਲਿਆਂ ਨੂੰ ਇੱਦਾਂ ਖਿੱਚ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਦੋਨੇ ਨੁਕਰਾਂ ਨੂੰ ਬਰਾਬਰ ਕਰਦੇ ਹੋਏ ਆਪਾਂ ਅੰਦਰ ਫੋਲਡ ਕਰ ਲੈਣਾ ਅੰਦਰ ਫੋਲਡ ਕਰਕੇ ਆਪਾਂ ਥੋੜ੍ਹੀ ਜਿਹੀ ਖਿੱਚ ਪਾ ਕੇ ਇਸ ਲੜ ਨੂੰ ਇੱਦਾਂ ਅੰਦਰ ਲਗਾ ਦੇਣਾ ਲਓ ਜੀ ਬੈਕ ਸਾਈਡ ਤੱਕ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਬਾਅਦ ਫਿਰ ਵੀ ਤੁਸੀਂ ਕਮੀ ਪੇਸ਼ੀ ਵੇਖ ਸਕਦੇ ਹੋ ਕੋਈ ਹੈ ਤੁਹਾਨੂੰ ਲੱਗਦਾ ਕਿ ਕਮੀ ਪੇਸ਼ੀ ਆਪਣਾ ਲੜ ਜਿੱਦਾਂ ਕੋਈ ਟੇਢਾ ਮੇਢਾ ਜਾਂ ਢਿੱਲਾ ਮਿਸ ਹੈ ਉਹਨੂੰ ਆਪਾਂ ਇੱਦਾਂ ਸੈੱਟ ਕਰ ਸਕਦੇ ਹਾਂ ਅਤੇ ਜਿਹੜਾ ਲੱਗੇ ਤੁਹਾਨੂੰ ਕਲਗੀ ਲੜ ਅਗਰ ਥੋੜ੍ਹਾ ਢਿੱਲਾ ਹੈ ਤਾਂ ਉਹਦੇ ਉੱਤੇ ਹੋਰ ਪਿੰਨ ਲਗਾ ਕੇ ਆਪਾਂ ਉਹਨੂੰ ਚੰਗੀ ਤਰ੍ਹਾਂ ਕਸ ਪਾ ਕੇ ਲਾ ਸਕਦੇ ਹਾਂ ਲਓ ਜੀ ਦੇਖੋ ਕਿੰਨੀ ਸੋਹਣੀ ਸ਼ੇਪ ਬਣ ਚੁੱਕੀ ਹੈ ਅਤੇ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਕਿੰਨੀ ਸੋਹਣੀ ਪੱਗ ਬੰਨ ਦਿੱਤੀ ਹੈ ਇਹ ਉਹ ਵੀਰਾਂ ਵਾਸਤੇ ਸੀ ਜਿਹੜੇ ਵੀਰ ਨੇ ਆਪਾਂ ਨੂੰ ਕਮੈਂਟ ਕੀਤਾ ਸੀ 5.5 ਮੀਟਰ ਪੱਗ ਵੀਰੇ 5.5 ਮੀਟਰ ਪੱਗ ਤੁਹਾਨੂੰ ਬੰਨ ਕੇ ਦਿਖਾਤੀ ਕਿਉਂਕਿ ਆਪਣੇ ਕੋਲ 5.5 ਮੀਟਰ ਪੱਗ ਜਿਹੜੀ ਹੈ ਉਹ ਪੂਰੀ ਨਹੀਂ ਆਉਂਦੀ ਇਸੇ ਕਰਕੇ ਆਪਾਂ 6.5 ਮੀਟਰ ਪੱਗ ਬੰਨ ਕੇ ਦਿਖਾਈ ਹੈ ਤੁਸੀਂ 5.5 ਮੀਟਰ ਪੱਗ ਇੱਦਾਂ ਬੰਨੋਗੇ ਤੁਹਾਡੇ ਵੀ 5 ਲੜ ਆਉਂਦੇ ਹੋਣਗੇ ਸ਼ਾਇਦ ਅਤੇ ਤੁਹਾਡੇ ਵੀ ਪੱਗ ਇੱਦਾਂ ਹੀ ਬਹੁਤ ਸੋਹਣੇ ਤਰੀਕੇ ਦੀ ਬਣੀ ਜਾਏਗੀ ਇਹ ਵਾਲਾ ਜਿਹੜਾ ਕੱਪੜਾ ਹੈ ਇਹ ਥੋੜ੍ਹਾ ਜਿਹੜਾ ਕੱਪੜਾ ਹੈਗਾ ਇਹ ਕੱਪੜਾ ਨਾ ਰੂਬੀਆ ਵੈਲ ਹੈ ਤੁਸੀਂ ਫੁੱਲ ਵੈਲ ਲੈ ਕੇ ਵੀ ਬੰਨ ਸਕਦੇ ਹੋ ਅਗਰ ਤੁਸੀਂ ਰੂਬੀਆ ਵੈਲ ਬੰਨਦੇ ਹੋ ਤਾਂ ਰੂਬੀਆ ਵੈਲ ਥੋੜ੍ਹੀ ਪੱਗ ਭਾਰੀ ਹੁੰਦੀ ਹੈ ਉਹ ਵਾਲੀ ਪੱਗ ਕੀ ਹੁੰਦਾ ਕਿ ਬੰਦੇ ਨੂੰ ਥੋੜ੍ਹੇ ਟਾਈਮ ਬਾਅਦ ਜਿਹੜੇ ਬੰਦੇ ਫੁੱਲ ਵੈਲ ਬੰਨਦੇ ਨੇ ਉਹਨਾਂ ਨੂੰ ਇਹ ਪੱਗ ਥੋੜ੍ਹੀ ਭਾਰੀ ਲੱਗਣ ਕਰਕੇ ਉਹਨਾਂ ਦਾ ਸਿਰ ਦਰਦ ਵਗੈਰਾ ਆਉਣ ਲੱਗ ਜਾਂਦਾ ਹੈ ਲੇਕਿਨ ਇਹ ਵਾਲੀ ਪੱਗ ਦੀ ਇੱਦਾਂ ਹੈ ਕਿ ਇਸ ਵਾਲੀ ਪੱਗ ਦੀ ਜਿਹੜੀ ਖਾਸੀਅਤ ਹੈ ਕਿ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਗਰ ਤੁਸੀਂ ਪੱਗ ਬੰਨਦੇ ਹੋ ਤਾਂ ਪੱਗ ਤੁਹਾਡੀ ਢਿੱਲੀ ਨਹੀਂ ਹੋਏਗੀ ਪੱਗ ਤੁਹਾਡੀ ਪੂਰੀ ਕੱਸੀ ਕੱਸੀ ਰਹੇਗੀ ਇਸੇ ਕਰਕੇ ਇਹ ਵਾਲੀ ਪੱਗ ਆਪਾਂ ਤੁਹਾਨੂੰ ਬੰਨ ਕੇ ਦਿਖਾਈ ਹੈ ਠੀਕ ਹੈ ਜੀ ਫਿਰ ਵੀ ਕਿਸੇ ਵੀਰ ਨੂੰ ਪੱਗ ਬੰਨਦੇ ਟਾਈਮ ਪਰਨਾ ਬੰਨਦੇ ਟਾਈਮ ਕੋਈ ਵੀ ਪ੍ਰੋਬਲਮ ਆਵੇ ਤਾਂ ਆਪਾਂ ਨੂੰ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰਦੇ ਅਤੇ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਣ ਮਿਲ ਰਿਹਾ ਇੱਦਾਂ ਹੀ ਪਿਆਰ ਬਣਾਈ ਰੱਖੋ ਵੀਰੇ ਤੁਹਾਡੇ ਪਿਆਰ ਦੇ ਸਪੋਰਟ ਦੀ ਬਹੁਤ ਲੋੜ ਹੈ ਠੀਕ ਹੈ ਜੀ ਤੁਹਾਡੇ ਪਿਆਰ ਦੇ ਸਪੋਰਟ ਨਾਲ ਹੀ ਅੱਜ ਆਪਾਂ ਇੱਥੇ ਪਹੁੰਚੇ ਆਪਣੀ ਯੂਟਿਊਬ ਫੈਮਿਲੀ ਦਿਨ ਬ ਦਿਨ ਵੱਧ ਰਹੀ ਹੈ ਅਤੇ ਬਹੁਤ ਜਿਹੜੇ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਦੇ ਨੇ ਉਸ ਵੀਡੀਓ ਨੂੰ ਲਾਈਕ ਕਰ ਦੇਣ ਅਤੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ 'ਤੇ ਬਿਲਕੁਲ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਅਤੇ ਬੈਲ ਆਈਕਨ ਨੂੰ ਦਬਾ ਦੇਣ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਅੱਗੇ ਆ ਸਕੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ